दो तरीक तो अज आप ब्लॉग शुरू कर रहे हैं जी। इस वेले तो रात दे इत्थे फतेहगढ़ साहब विखे पहुँचे हुए हैं जी, जिहड़ी सतगुरु ने रिहाइश बख्शी है। तो हुण इत्थों इस वेले चलण की तैयारी की है, क्योंकि अज रात का कीर्तन गुड़गांव विखे है। तो हुण इत्थों चलण की तैयारी कर रहे हैं। तो अज सारा दिन आपां तकरीबन सफर विच रहना, शाम तक पहुँचांगे, नाल नाल इस तरह गलबात करते रहेंगे। तो साथ संगत मौसम भी हुण ठीक है, वैसे गर्मी है पर फिर भी पहला नालों मौसम विच भी काफ़ी तब्दीली है। थोड़ा ध्यान भी रखना सारिया ने, क्योंकि अजकल बुखार वगैरह, क्योंकि मच्छर वगैरह के कट्टण दे नाल डेंगू वगैरह फैल रहा है। और सारे ने बेनती है कि अपना अपना ध्यान रखो जी। ਸਤਸੰਗ ਜੀ, ਇਹ ਹੈਗੀ ਲੱਸੀ ਝੱਗ ਵਾਲੀ, ਨਮਕੀਨ ਲੱਸੀ, ਜਿਹੜੀ ਗਰਮੀਆਂ ਵਿੱਚ ਕਰਦੀ ਆ ਐ ਠੰਡਾ ਠਾਰ ਕੰਮ, ਇਸ ਕਰਕੇ ਆਪਾਂ ਲੱਸੀ ਪੀ ਰਹੇ ਹਾਂ। ਅਤੇ ਇਹ ਕਹਿੰਦੇ ਅਸੀਂ ਚਾਹ ਪੀਣੀ ਆ, ਚਾਹ ਵੀ ਆਈ ਹੈ ਜੀ। ਚਾਹ ਸ਼ੂਗਰ ਫਰੀ ਪਾ ਕੇ ਪੀਂਦੇ ਹਾਂ, ਚਾਹ ਕਿਹੜੀ ਚੀਨੀ ਪਾ ਕੇ ਪੀਣੀ। ਤੇਰਾ ਕਰ ਸਭ ਸਵਾਰਨਾ, ਕਹੇ ਨਾਨਕ ਮਨ ਮੇਰੇ ਸਦਾ ਰੋਹ ਹਰਨਾਲੇ, ਹਰ ਤੂੰ ਤੇਰਾ ਸਭ ਪਿੱਛੇ ਜਿਸ ਤੇ ਸੋ ਪਾਵੇ। ਮੌਜੂਦ ਔਰ ਤੇਰਾ ਜੋ ਮੁੱਢ ਹੈ, ਤੇਰਾ ਜੋ ਆਦ ਹੈ, ਹੇ ਪ੍ਰਭੂ, ਜਦ ਤੂੰ ਦੁਨੀਆਂ ਬਣੀ ਹੈ ਤਦ ਤੋਂ ਹੀ ਤੂੰ ਇੱਕ ਰਸ ਮੌਜੂਦ ਹੈ ਦੁਨੀਆਂ ਦੇ ਅੰਦਰ। ਇਸ ਵੇਲੇ ਗੁੜਗਾਵਾਂ ਵਿਖੇ ਪਹੁੰਚ ਗਏ ਆ। ਹੁਣੇ ਕੀਰਤਨ ਤੋਂ ਬਾਅਦ, ਕਿਉਂਕਿ ਅੱਜ ਇੱਥੇ ਕੀਰਤਨ ਸੀ ਸਾਊਥ ਸਿਟੀ ਗੁਰਗਾਵਾਂ ਵਿਖੇ, ਅਤੇ ਹੁਣੇ ਸਮਾਗਮਾਂ ਤੋਂ ਬਾਅਦ ਹੁਣ ਆ ਜਿੱਥੇ ਇਹਨਾਂ ਨੇ ਰੁਕਣ ਦਾ ਪ੍ਰਬੰਧ ਕੀਤਾ ਹੋਇਆ, ਅਤੇ ਉੱਥੇ ਪਹੁੰਚੇ ਹਾਂ ਜੀ ਇਸ ਵੇਲੇ ਕਮਰੇ 'ਚ, ਨਾਲੇ ਆਪ ਨਾਲ ਗੱਲਬਾਤ ਕਰ ਰਹੇ ਹਾਂ। ਅਤੇ ਸਵੇਰੇ ਦਾ ਵੀ ਕੀਰਤਨ ਇੱਥੇ ਹੀ ਹੈ, ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਤਕਰੀਬਨ 6 ਵਜੇ ਆਰੰਭ ਹੋਣਾ ਜੀ, ਅਤੇ ਉਹ ਕਰਨਾ, ਫਿਰ ਇੱਕ ਦੋ ਸਮਾਗਮ ਅਤੇ ਹੋਰ ਪਹੁੰਚਣਾ, ਨਾਲੇ ਆਪਾਂ ਇਸ ਤਰ੍ਹਾਂ ਜੁੜੇ ਰਹਿਣਾ। ਔਰ ਅੱਜ ਦਾ ਅਤੇ ਕੱਲ੍ਹ ਦਾ ਇਹ ਸਾਂਝਾ ਬਲੋਕ ਆਪਾਂ ਕੱਲ੍ਹ ਨੂੰ ਆਪ ਸੰਗਤਾਂ ਦੇ ਸਨਮੁਖ ਕਰਾਂਗੇ ਜੀ। ਇਸ ਵੇਲੇ ਦੇਖੋ ਦਿਖਾਨ ਮੈਂ ਸਤਿਗੁਰ, ਮੈਂ ਸਤਿਗੁਰ ਦੇਖੋ ਦਿਖਾਨ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ
मैं सतगुर देहु। कीर्तन अज दिन के भी समागम सी उतों वापस आ के थोड़ा आराम करके इस वे हम रात का समागम एक कीर्तन समागम है वो करके तो फिर वापसी चलना जी इतों गुड़गांव तो वापस पंजाब नू अमृतसर नू चलांगे तो इस तरह आप जुड़े रहना जी इस वेले जिथे रुके हुए हैं की तो जाई